ਫਰੀਦਕੋਟ ਨਗਰ ਕੌਂਸਲ ਵਿੱਚ ਮੰਗਲਵਾਰ ਨੂੰ ਕਾਂਗਰਸ ਨੂੰ ਉਸ ਸਮੇਂ ਨਮੋਸ਼ੀ ਚਲਣੀ ਪਈ ਜਦੋਂ ਕਾਂਗਰਸ ਅਕਾਲੀ ਦਲ ਦੇ ਕੌਂਸਲ ਪ੍ਰਧਾਨ ਖਿਲਾਫ ਫਲੋਰ ਟੈਸਟ ਵਿੱਚ ਹਾਰ ਗਿਆ। ਦਰਅਸਲ ਫਰੀਦਕੋਟ ਨਗਰ ਕੌਂਸਲ ਦੇ ਪ੍ਰਧਾਨ ਉਮਾ ਗਰੋਵਰ ਜੋ ਕਿ ਅਕਾਲੀ ਦਲ ਦਾ ਕੌਂਸਲਰ ਹੈ ਅਤੇ ਪ੍ਰਧਾਨ ਦੇ ਖਿਲਾਫ ਪਿਛਲੇ ਦਿਨੀ 13 ਕਾਂਗਰਸੀ ਪੱਖ ਦੇ ਕੌਂਸਲਰਾਂ ਨੇ ਅਵਿਸ਼ਵਾਸ ਮਤਾ ਦਾਖਲ ਕੀਤਾ ਸੀ, ਜਿਸ ਦੇ ਲਈ ਮੰਗਲਵਾਰ ਨੂੰ ਨਗਰ ਕੌਂਸਲ ਦੇ ਦਫ਼ਤਰ ਵਿੱਚ ਇੱਕ ਮੀਟਿੰਗ ਰੱਖੀ ਗਈ ਸੀ ਅਤੇ ਇਹਨਾਂ ਨੂੰ ਸਮਾਂ ਦਿੱਤਾ ਗਿਆ ਸੀ ਕਿ ਉਹ ਆਪਣੀ ਬਹੁਮਤ ਸਾਬਤ ਕਰਨ। ਇਸ ਮੀਟਿੰਗ ਵਿੱਚ ਫਰੀਦਕੋਟ ਦੇ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਵੀ ਹਾਜ਼ਰ ਰਹੇ। ਇਸ ਮੀਟਿੰਗ ਵਿੱਚ ਕਾਂਗਰਸ ਦੇ ਪੱਖ ਨੂੰ 18 ਵੋਟਾਂ ਦੇ ਨਾਲ ਆਪਣਾ ਬਹੁਮਤ ਹਾਸਲ ਕਰਨ ਦਾ ਸਮਾਂ ਦਿੱਤਾ ਗਿਆ ਸੀ, ਪਰ ਕਾਂਗਰਸ ਦੇ ਪੱਖ ਵਿੱਚ ਸਿਰਫ 14 ਮੈਂਬਰ ਹੀ ਵੋਟ ਪਾ ਸਕੇ, ਜਿਸ ਦੇ ਚੱਲਦੇ ਬਹੁਮਤ ਸਾਬਤ ਨਹੀਂ ਕੀਤਾ ਜਾ ਸਕਿਆ, ਜਿਸ ਦੇ ਚੱਲਦਿਆਂ ਇਹ ਮਤਾ ਰੱਦ ਕਰ ਦਿੱਤਾ ਗਿਆ ਅਤੇ ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਕਾਇਮ ਰਿਹਾ ਅਤੇ ਕਾਂਗਰਸ ਨੂੰ ਨਮੋਸ਼ੀ ਹੱਥ ਲੱਗੀ। ਅੱਜ ਨਹੀਂ ਆਉਣ ਤਾਂ ਐਕਚੁਲੀ ਅੱਜ ਜਾਂ ਬੜੇ ਮੈਂਬਰਾਂ ਦਾ ਇਤਰਾਜ ਸੀਗਾ ਕਿ ਸਾਨੂੰ ਨੋਟਿਸ ਨਹੀਂ ਸਰਵ ਹੋਇਆ, ਏਜੰਡਾ ਨਹੀਂ ਸਰਵ ਹੋਇਆ ਅਤੇ ਇਸ ਕਰਕੇ ਬੜੇ ਮੈਂਬਰ ਪ੍ਰੈਜੈਂਟ ਨਹੀਂ ਸੀਗੇ, ਦੇ ਵਰ ਨੋਟ ਪ੍ਰੈਜੈਂਟ, ਅਤੇ ਬੜੇ ਮੈਂਬਰਾਂ ਨੂੰ ਇਹ ਸੀ ਕਿ ਸਾਨੂੰ ਏਜੰਡਾ ਨਹੀਂ ਸਰਵ ਹੋਇਆ ਗਿਆ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਪ੍ਰਧਾਨ ਸਾਹਿਬ ਨੇ ਮਤਲਬ ਇਹ ਜਿਹੜਾ ਏਜੰਡਾ ਹੈ ਇਹ ਪ੍ਰਧਾਨ ਸਾਹਿਬ ਨੇ ਕੱਢਿਆ ਅਤੇ ਪ੍ਰਧਾਨ ਸਾਹਿਬ ਜਿਹੜੇ ਕਲੇਮ ਕਰ ਰਹੇ ਆ ਕਿ ਮੇਰੇ ਕੁਛ ਬੰਦੇ ਮਦਦ ਕਰ ਰਹੇ ਆ, ਉਹ ਆਈ ਨਹੀਂ, ਮੈਨੂੰ ਇਹ ਨਹੀਂ ਸਮਝ ਇਹ ਕੀ ਗੱਲ। ਮੀਟਿੰਗ ਮੈਂ ਕਨਵੇ ਕਰਦਾ ਅਤੇ ਜਿਹੜੇ ਕੁਛ ਬੰਦੇ ਮੇਰੇ ਨਾਲ ਥੋੜ੍ਹੇ ਬਹੁਤ ਜਿਹੜੇ ਸਹਿਮਤ ਹੈ ਉਹ ਜੇ ਆਉਣ ਹੀ ਨਾ ਮੀਟਿੰਗ 'ਚ ਤਾਂ ਮਤਲਬ ਇਹ ਮਤਲਬ ਆਈ ਡੋਂਟ ਅੰਡਰਸਟੈਂਡ ਵਾਈ। ਪਹਿਲੀ ਕੋਈ ਤਰੀਕ ਸੀ, ਮੈਨੂੰ ਨਹੀਂ ਪਤਾ, ਦੇਖੋ ਇਹ ਸਾਡਾ 'ਚ ਕੋਈ ਰੋਲ ਨਹੀਂ, ਸਾਡਾ ਤਾਂ ਸਿਰਫ ਅਸੀਂ ਆਏ ਸੀ, ਉਹਦੇ ਅੰਦਰ ਕਿਓਸ ਵਾਲਾ ਸੀ, ਰੌਲਾ ਰੱਪਾ ਬਹੁਤ ਜ਼ਿਆਦਾ ਸੀ ਕਿਉਂਕਿ ਬੜੇ ਮੈਂਬਰਾਂ ਨੂੰ ਇਤਰਾਜ਼ ਸੀ ਕਿ ਸਾਨੂੰ ਏਜੰਡਾ ਨਹੀਂ ਸਰਵ ਹੋਇਆ, ਸਾਨੂੰ ਮਤਲਬ ਸਾਨੂੰ ਨੋਟਿਸ ਨਹੀਂ ਮਿਲੇ।